ਸਤ ਸ੍ਰੀ ਅਕਾਲ ਦੋਸਤੋ ਮੈਂ ਚਰਨਜੀਤ ਸਿੰਘ ਦੋਸਤੋ ਅੱਜਕੱਲ ਇਹਨਾਂ ਦਿਨਾਂ ਦੇ ਵਿੱਚ ਝੋਨੇ ਵਾਲੇ ਜ਼ਿਮੀਂਦਾਰਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਉਲਝਣ ਚੱਲਦੀ ਏ ਕਿ ਝੋਨੇ ਦੇ ਵਿੱਚ ਆਪਾਂ ਕਿਹੜੀ ਚੀਜ਼ ਹੋਰ ਯੂਰੀਆ ਦੇ ਨਾਲ ਮਿਲਾ ਕੇ ਪਾਈਏ ਜਿਹਦੇ ਨਾਲ ਜੋ ਨਿੰਦਾ ਫਟਾਰਾ ਜਿਹੜਾ ਉਹ ਵੀ ਨਿਰੰਤਰ ਰੂਪ ਦੇ ਵਿੱਚ ਚੱਲਦਾ ਰਵੇ ਤੇ ਉਹਦਾ ਝਾੜ ਵੀ ਆਪਾਂ ਨੂੰ ਸੋਹਣਾ ਵੇਖਣ ਨੂੰ ਮਿਲੇ ਕਿਉਂਕਿ ਅਸਲ ਦੇ ਵਿੱਚ ਹੁੰਦਾ ਕੀ ਏ ਕਿ ਐਂਡ ਦੇ ਵਿੱਚ ਜਾ ਕੇ ਜਦੋਂ ਝੋਨਾ ਵੱਢਿਆ ਜਾਂਦਾ ਹੈ ਤਾਂ ਕਈ ਜ਼ਿਮੀਂਦਾਰਾਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਸਾਡੇ ਝੋਨੇ ਦਾ ਝਾੜ ਘੱਟ ਨਿਕਲਿਆ ਏ ਅਸੀਂ ਤਾਂ ਸਾਰੀਆਂ ਖਾਦਾਂ ਦੀ ਵਰਤੋਂ ਹੀ ਕਰ ਦਿੱਤੀ ਸੀ ਅਸੀਂ ਤਾਂ ਜ਼ਿੰਕ ਵੀ ਪਾ ਦਿੱਤੀ ਸੀ ਅਸੀਂ ਪੋਟਾਸ਼ ਵੀ ਪਾ ਦਿੱਤੀ ਹੈ ਸਲਫਰ ਵੀ ਪਾ ਦਿੱਤੀ ਸੀ ਹੋਰ ਵੀ ਕਈ ਖਾਦਾਂ ਦੀ ਵਰਤੋਂ ਕਰ ਲਈ ਸੀ ਪਰ ਝਾੜ ਸਾਡਾ ਫਿਰ ਵੀ ਪਾਉਣ ਦੇ ਬਾਵਜੂਦ ਵੀ ਘਟ ਨਿਕਲੇ ਆਏ ਪਰ ਅਸਲ ਦੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਪਾਈਆਂ ਕਦੋਂ-ਕਦੋਂ ਸੀ ਤਾਂ ਉਹਨਾਂ ਦੇ ਕੋਲ ਜਾਣ ਤੇ ਜਵਾਬ ਹੀ ਨਹੀਂ ਹੁੰਦਾ ਜੇ ਹੁੰਦਾ ਵੀ ਹੈ ਤੇ ਉਹਨਾਂ ਨੇ ਗਲਤ ਛਾਟ ਦੀ ਵਰਤੋਂ ਕੀਤੀ ਹੁੰਦੀ ਹੈ ਜਾਨੀ ਕਿ ਜਿਹੜੀਆਂ ਚੀਜ਼ਾਂ ਆਪਾਂ ਨੂੰ ਪਹਿਲਾਂ ਵਰਤਣੀਆਂ ਚਾਹੀਦੀਆਂ ਨੇ ਉਹ ਬਾਅਦ ਦੇ ਵਿੱਚੋਂ ਪਾਈਆਂ ਹੁੰਦੀਆਂ ਨੇ ਜਿਹੜੀਆਂ ਬਾਅਦ ਦੇ ਵਿੱਚੋਂ ਪਾਉਣੀਆਂ ਹੁੰਦੀਆਂ ਨੇ ਉਹ ਪਹਿਲਾਂ ਪਾਈਆਂ ਹੁੰਦੀਆਂ ਨੇ ਜਾਂ ਫਿਰ ਕਈ ਚੀਜ਼ਾਂ ਆਪਾਂ ਨੂੰ ਜ਼ਮੀਨ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਵਾੜਨੀਆਂ ਵੀ ਨਹੀਂ ਚਾਹੀਦੀਆਂ ਜਿਹੜੀਆਂ ਆਪਣਾ ਝਾੜ ਘਟਾਉਂਦੀਆਂ ਨੇ ਉਹਨਾਂ ਚੀਜ਼ਾਂ ਦੀ ਉਹਨਾਂ ਨੇ ਵਰਤੋਂ ਕੀਤੀ ਹੁੰਦੀ ਏ ਪਹਿਲੀ ਜਾਂ ਫਿਰ ਦੂਸਰੀ ਯੂਰੀਆ ਦੇ ਨਾਲ ਜਿਹਦੇ ਕਾਰਨ ਉਹਨਾਂ ਦਾ ਬਹੁਤਾਂ ਖਰਚਾ ਕਰਨ ਦੇ ਬਾਵਜੂਦ ਵੀ ਝੋਨੇ ਦਾ ਝਾੜ ਜਿਹੜਾ ਯੂ ਕੱਟ ਨਿਕਲਦਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਪਰਫੈਕਟ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਕਿ ਆਪਾਂ ਨੂੰ ਝੋਨੇ ਦੇ ਵਿੱਚ ਪਹਿਲੀ ਦੂਸਰੀ ਯੂਰੀਆ ਦੇ ਨਾਲ ਹੋਰ ਕਿਹੜੀ-ਕਿਹੜੀ ਚੀਜ਼ ਪਾਉਣ ਦੀ ਲੋੜ ਹੁੰਦੀ ਹੈ ਕਿਹੜੀਆਂ-ਕਿਹੜੀਆਂ ਜ਼ਮੀਨਾਂ ਦੇ ਵਿੱਚ ਬਿਲਕੁਲ ਇੱਕ-ਇੱਕ ਸਕਿੰਟ ਜਿਹੜਾ ਵੀਡੀਓ ਦਾ ਮੁੱਲ ਦਾ ਸਮਝ ਕੇ ਸੁਣਿਓ ਜੇ ਤੇ ਜਿਗਰ ਚੈਨਲ ਨੂੰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਜਿਹੜੀ ਹੈ ਉਹਨੂੰ ਦਬਾ ਲਓ ਤਾਂ ਜੋ ਹੋਰ ਵੀਡੀਓ ਆਉਣ ਵਾਲੀਆਂ ਜਿਹੜੀਆਂ ਨੇ ਉਹ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਅੱਜ ਦੇ ਦੋਸਤੋ ਹਾਲਾਤ ਇਹ ਕਿ ਜ਼ਿੰਮੇਦਾਰ ਜਿਹੜੇ ਨੇ ਸਾਡੇ ਬਹੁਤਾਂ ਗਿਣਤੀ ਬਜ਼ੁਰਗ ਨੇ 올ਡ ਏਜ ਜ਼ਿੰਮੇਦਾਰ ਨੇ ਜਾਂ ਫਿਰ ਜਿਹੜੇ ਕੁਝ ਯੰਗ ਏਜ ਹੈਗੇ ਵੀ ਨੇ ਨੌਜਵਾਨ ਵੀ ਨੇ ਉਹਨਾਂ ਦੇ ਕੋਲ ਵੀ ਉਹ ਜਾਣਕਾਰੀ ਨਹੀਂ ਪਹੁੰਚ ਪਾਈ ਜਿਹੜੀ ਉਹਨਾਂ ਦੇ ਕੋਲ ਜਾਣੀ ਚਾਹੀਦੀ ਸੀ ਜਿਹਦੇ ਕਾਰਨ ਅੱਜ ਦੀ ਡੇਟ ਦੇ ਵਿੱਚ ਲਗਭਗ 80 ਤੋਂ 85% ਜਿਹੜੇ ਜ਼ਿੰਮੇਦਾਰ ਨੇ ਉਹ ਦੁਕਾਨਦਾਰ ਨੂੰ ਪੈਸਟੀਸਾਈਡ 100 ਸ਼ਾਪ ਵਾਲੇ ਨੂੰ ਪੁੱਛ ਕੇ ਹੀ ਚਲਦੇ ਨੇ ਉਹਦੇ ਕੋਲੋਂ ਸਲਾਹ ਲੈ ਕੇ ਹੀ ਚਲਦੇ ਨੇ ਕਿ ਆਪਾਂ ਕਿਹੜੀ ਚੀਜ਼ ਝੋਨੇ ਦੇ ਵਿੱਚ ਪਾਈਏ ਦੁਕਾਨਾਂ ਵਾਲੇ ਜਿਹੜੇ ਨੇ ਜੇ ਤਾਂ ਕੋਈ ਤੁਹਾਡਾ ਇਮਾਨਦਾਰ ਬੰਦਾ ਏ ਦੁਕਾਨ ਵਾਲਾ ਚੰਗਾ ਬੰਦਾ ਏ ਤਾਂ ਉਹਦਾ ਤੁਹਾਨੂੰ ਸਲਾਹ ਵਧੀਆ ਦੇਊਗਾ ਪਰ ਜ਼ਿਆਦਾਤਰ ਜਿਹੜੇ ਨੇ ਉਹ ਤੁਸੀਂ ਜਾਣਦੇ ਹੋ ਕਿ ਕੀ ਹਾਲਾਤ ਨੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੇ ਆਪਣਾ ਸਮਾਨ ਵੇਚਣਾ ਏ ਜਿਹੜਾ ਕੰਪਨੀ ਦੇ ਵੱਲੋਂ ਉਹਨਾਂ ਨੂੰ ਜ਼ਿਆਦਾ ਮਿਲਿਆ ਏ ਕਿ ਤੁਸੀਂ ਆਹ ਚੀਜ਼ ਜ਼ਿਆਦੀ ਵੇਚੋਗੇ ਤਾਂ ਆਉਣ ਵਾਲੇ 2 ਮਹੀਨਿਆਂ ਨੂੰ ਤੁਹਾਡਾ ਵੀਜ਼ਾ ਲਵਾਵਾਂਗੇ ਫਲਾਨੀ ਕੰਟਰੀ ਦਾ ਉਹਨਾਂ ਨੇ ਉਹੀ ਸਮਾਨ ਜ਼ਿਆਦਾ ਵੇਚਣਾ ਹੈ ਤੇ ਉਹੋ ਹੀ ਉਹਨਾਂ ਨੇ ਤੁਹਾਨੂੰ ਪਵਾਉਣਾ ਹੈ ਕਿ ਇਹਦੀ ਘਾਟ ਹੈ ਤੇਰੀ ਜ਼ਮੀਨ ਦੇ ਵਿੱਚ ਜਾ ਜਾ ਕੇ ਪਾਲਾ ਪਰ ਇਦਾਂ ਨਹੀਂ ਹੁੰਦਾ ਝੋਨਾ ਇੱਕ ਸੈਂਸਿਟਿਵ ਫਸਲ ਹੈ ਤੇ ਝੋਨੇ ਦੇ ਵਿੱਚ ਆਪਾਂ ਨੂੰ ਬਹੁਤ ਸੋਚ ਸਮਝ ਕੇ ਕਈ ਜਿਹੜੇ ਫੈਸਲੇ ਲੈਣੇ ਪੈਂਦੇ ਨੇ ਜਿਦੇ ਨਾਲ ਆਪਣਾ ਝਾੜ ਵੱਧ ਸਕਦਾ ਹੈ ਜਾਂ ਫਿਰ ਘਟ ਸਕਦਾ ਹੈ ਜੇਕਰ ਇੱਕ ਨਿੱਕੀ ਜਿਹੀ ਭੁੱਲ ਵੀ ਤੁਸੀਂ ਕਰਦੇ ਹੋ ਮੰਨ ਕੇ ਚਲੋ ਇੱਕ ਖਾਦ ਤੁਸੀਂ ਜਿਹੜੀ ਬਾਅਦ ਦੇ ਵਿੱਚੋਂ ਦੀ ਪਾਉਣੀ ਹੈ ਉਹਨੂੰ ਪਹਿਲਾਂ ਪਾ ਦਿੰਦੇ ਹੋ ਤੇ ਜਿਹੜੀ ਪਹਿਲਾਂ ਪਾਉਣੀ ਹੈ ਉਹਨੂੰ ਬਾਅਦ ਦੇ ਵਿੱਚੋਂ ਦੀ ਪਾ ਦਿੰਦੇ ਹੋ ਤਾਂ ਇਹਦੇ ਨਾਲ ਹੀ ਤੁਹਾਡਾ ਪੰਜ ਤੋਂ ਲੈ ਕੇ 8 ਕੁਆਂਟਲ ਕਿੱਲੇ ਦੇ ਵਿੱਚੋਂ ਝਾੜ ਜਿਹੜਾ ਉਹ ਘੜ ਜਾਂਦਾ ਹੈ। ਕਈ ਜ਼ਿਮੀਦਾਰ ਜਿਹੜੇ ਹੁੰਦੇ ਨੇ ਉਹ ਐਂਡ ਦੇ ਵਿੱਚ ਜਾ ਕੇ ਜਦੋਂ ਸ਼ਿਕਾਇਤ ਕਰਦੇ ਨੇ ਕਿ ਸਾਡਾ ਤਾਂ ਝਾੜ ਨਹੀਂ ਨਿਕਲਦਾ ਸੀ ਤਾਂ ਬਹੁਤ ਕੁਝ ਪਾਲਿਆ ਹੋਣ ਹੁਣ ਤਾਂ ਅਸੀਂ ਕੁਝ ਪਾਇਆ ਹੀ ਨਹੀਂ ਕਰਨਾ। ਕੱਲੀ ਯੂਰੀਆ ਹੀ ਪਾਇਆ ਕਰਨੀ ਹੈ। ਜਦ ਵੀ ਇਦਾਂ ਦੇ ਤੁਹਾਨੂੰ ਬੜੇ ਜ਼ਿਆਦੇ ਜ਼ਿਮੀਦਾਰ ਮਿਲ ਜਾਣਗੇ ਜਿਹੜੇ ਕਹਿਣਗੇ ਕਿ ਅਸੀਂ ਤਾਂ ਕੱਲੀ ਯੂਰੀਆ ਹੀ ਪਾਉਣੇ ਆਂ। ਅਸੀਂ ਯੂਰੀਆ ਤੋਂ ਇਲਾਵਾ ਕਦੀ ਕੁਝ ਪਾਉਂਦੇ ਹੀ ਨਹੀਂਗੇ। ਪਰ ਉਹ ਵੀ ਗਲਤ ਹੈ। ਉੱਥੇ ਤੁਸੀਂ ਜ਼ਮੀਨ ਨੂੰ ਚੂਸੀ ਜਾਂਦੇ ਹੋ। ਤੁਸੀਂ ਉਸ ਹੱਦ ਤੱਕ ਚੂਸ ਦੋਗੇ ਇੱਕ ਦਿਨ ਜਾ ਕੇ ਕਿ ਉਹਦੇ ਵਿੱਚੋਂ ਤੁਹਾਨੂੰ ਕੁਝ ਮਿਲਣਾ ਬੰਦ ਹੋ ਜਾਵੇ। ਜਿਹੜਾ ਤੁਸੀਂ 40 50 ਕੁਆਂਟਲ ਪਰਾਲੀ ਤੇ ਝੋਨੇ ਦੇ ਝਾੜ ਨੂੰ ਪਾ ਕੇ ਦੋਵੇਂ ਚੀਜ਼ਾਂ ਇੱਕ ਕਿੱਲੇ ਦੇ ਵਿੱਚੋਂ ਕੱਢ ਦਿਓ ਉਹ ਜਿਹੜੀ ਚੀਜ਼ ਹੈ ਜਿਹੜੀ ਤੁਸੀਂ ਲਗਾਤਾਰ ਜੇ ਕੱਢੀ ਜਾਓਗੇ ਕੱਢੀ ਜਾਓਗੇ ਜ਼ਮੀਨ ਨੂੰ ਕੁਝ ਦੋਗੇ ਹੀ ਨਹੀਂ ਤਾਂ ਤੁਹਾਡੀ ਜ਼ਮੀਨ ਬਿਲਕੁਲ ਖੋਖਾ ਹੋ ਜਾਊਗੀ ਖਾਲੀ ਹੋ ਜਾਊਗੀ ਆਉਣ ਵਾਲੀਆਂ ਪੀੜ੍ਹੀਆਂ ਦੇ ਵਾਸਤੇ ਤੁਸੀਂ ਇੱਕ ਰੜਾ ਖਾਲੀ ਮੈਦਾਨ ਛੱਡ ਸਕਦੇ ਜੇ ਪਰ ਇੱਕ ਉਪਜਾਊ ਜ਼ਮੀਨ ਹੋ ਸਕਦਾ ਹੈ ਕਿ ਤੁਸੀਂ ਨਾ ਛੱਡੋ ਹੁਣ ਤਾਂ ਤੁਹਾਡੀ ਜ਼ਮੀਨ ਜਿਹੜੀ ਹੈ ਕਿਉਂਕਿ ਪੰਜਾਬ ਦੀਆਂ ਜ਼ਮੀਨਾਂ ਚੰਗੀਆਂ ਨੇ ਤੁਸੀਂ 5 ਸਾਲ 8 ਸਾਲ ਤੱਕ ਵੀ ਜ਼ਮੀਨ ਦੇ ਵਿੱਚ ਕੱਲੀ ਯੂਰੀਆ ਦਈ ਜਾਓਗੇ ਪਰ ਅੱਗੇ ਜਾ ਕੇ ਜਦੋਂ ਉਹ ਘਾਟਾਂ ਵੱਧ ਗਈਆਂ ਜਾਂ ਅੱਜ ਦੇ ਸਮੇਂ ਦੇ ਵਿੱਚ ਬੜੇ ਜ਼ਿਆਦੇ ਜ਼ਿੰਮੇਦਾਰ ਅਕਸਰ ਇਹ ਸਵਾਲ ਕਰਦੇ ਨੇ ਕਿ ਅਸੀਂ ਬੈਕਟੀਰੀਆ ਪਾ ਲਈਏ ਸਾਡੀ ਜ਼ਮੀਨ ਦੇ ਵਿੱਚ ਪੋਟਾਸ਼ ਜਿਹੜੀ ਹੈ ਬੜੀ ਜ਼ਿਆਦੀ ਅਸੀਂ ਮਿੱਟੀ ਟੈਸਟ ਕਰਵਾਈਏ ਉਹਦੇ ਵਿੱਚ ਪੋਟਾਸ਼ ਦੀ ਮਾਤਰਾ ਬੜੀ ਜ਼ਿਆਦੀ ਆਈਏ ਤੇ ਅਸੀਂ ਬੈਕਟੀਰੀਆ ਪਾ ਲੈਨੇ ਆ ਬੈਕਟੀਰੀਆ ਜਿਹੜੇ ਨੇ ਉਹ ਘੋਲ ਕੇ ਉਸੇ ਹੀ ਪੋਟਾਸ਼ ਨੂੰ ਸਾਡੇ ਝੋਨੇ ਨੂੰ ਲਾ ਦੇਣਗੇ ਤੇ 8900 ਰੁਪਈਆ ਕਿੱਲੇ ਦਾ ਜਿਹੜਾ ਉਹ ਬਚ ਜਾਊਗਾ ਪਰ ਮੈਂ ਉਸ ਚੀਜ਼ ਨੂੰ ਵੀ ਬਿਲਕੁਲ ਸਹੀ ਨਹੀਂ ਮੰਨਦਾ ਜਿਹੜੀ ਚੀਜ਼ ਤੁਹਾਡੀ ਜ਼ਮੀਨ ਦੇ ਵਿੱਚ ਸਟੋਰ ਹੈਗੀ ਏ ਥੋੜੀ ਬਾਤੀ ਉਹਨੂੰ ਸਟੋਰ ਹੀ ਰਹਿਣ ਦਿਓ ਤੁਸੀਂ ਅੱਗੇ ਚੱਲੋ ਜਿਹੜੀ ਤੁਹਾਡੀ ਦਾਦਿਆਂ ਨੇ ਨਹੀਂ ਵਰਤੀ ਉਹਨੂੰ ਤੁਸੀਂ ਵੀ ਨਾ ਵਰਤੋ ਉਹਨੂੰ ਉੱਥੇ ਹੀ ਰਹਿਣ ਦਿਓ ਤੁਸੀਂ ਜਿੰਨਾ ਝਾੜ ਲੈਣਾ ਏ ਉਹਦੇ ਹਿਸਾਬ ਦੇ ਨਾਲ ਚੀਜ਼ਾਂ ਜ਼ਮੀਨ ਨੂੰ ਦੇ ਕੇ ਲਈ ਜਾਓ ਜਿੰਨਾ ਥੋੜਾ ਬਾਤਾ ਜ਼ਮੀਨ ਦੇ ਵਿੱਚ ਕੁਝ ਹੈਗਾ ਏ ਉਹਨੂੰ ਤੁਸੀਂ ਉੱਥੇ ਹੀ ਰਹਿਣ ਦਿਓ ਜ਼ਮੀਨ ਨੂੰ ਬਿਲਕੁਲ ਆਪਾਂ ਨਚੋੜਨਾ ਨਹੀਂਗਾ ਹੁਣ ਗੱਲ ਆਉਂਦੀ ਏ ਆਪਾਂ ਮੇਨ ਜਿਹੜੇ ਆਪਣੇ ਮੁੱਦੇ ਦੇ ਉੱਤੇ ਆਉਂਦੇ ਆ ਵੇਖੋ ਜੀ ਦੋ ਤਰ੍ਹਾਂ ਦੀਆਂ ਗਲਤੀਆਂ ਜ਼ਿੰਮੇਦਾਰ ਇਹਨਾਂ ਦਿਨਾਂ ਦੇ ਵਿੱਚ ਕਰੀ ਜਾਂਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਵੱਡੀ ਗਲਤੀ ਕਰੀ ਜਾਂਦੇ ਨੇ ਕਿ ਕੋਈ ਬਾਇਓ ਦੇ ਪ੍ਰੋਡਕਟ ਜਾਂ ਫਿਰ ਜਬ੍ਰੈਲਿਕ ਐਸਿਡ ਚੋਣੇ ਦੇ ਵਿੱਚ ਪਾ ਦੇਣਾ ਪਹਿਲੀ ਜਾਂ ਫਿਰ ਦੂਸਰੀ ਯੂਰੀਆ ਦੇ ਨਾਲ ਤੇ ਦੂਸਰੀ ਜਿਹੜੀ ਗਲਤੀ ਹੈ ਕਿ 33% ਜਾਂ 21% ਜ਼ਿੰਕ ਜੇਕਰ ਤੁਸੀਂ ਪਹਿਲਾਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀਏ ਉਹਦੇ ਤੋਂ ਬਾਅਦ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ 50% ਜਿਹੜੇ ਜ਼ਿਮੀਦਾਰ ਨੇ 50% ਉਹ ਪਹਿਲੀ ਜਾਂ ਫਿਰ ਦੂਸਰੀ ਯੂਰੀਆ ਦੇ ਨਾਲ ਜ਼ਿੰਕ ਦੀ ਵਰਤੋਂ ਕਰਦੇ ਨੇ ਚਾਹੇ ਉਹ 33% ਵਾਲੀ ਜ਼ਿੰਕ ਪਾਉਣ ਜਾਂ ਫਿਰ 21% ਵਾਲੀ ਜ਼ਿੰਕ ਪਾਉਣ ਜੋ ਕਿ ਬੜੀ ਜ਼ਿਆਦੀ ਵੱਡੀ ਗਲਤੀ ਹੈ ਜੇਕਰ ਤੁਸੀਂ ਝੋਨੇ ਦੇ ਵਿੱਚ ਡੀਪ ਪਾਈਏ ਕੱਦੂ ਕਰਨ ਲੱਗੇ ਆ ਜਾਂ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀਏ ਤਾਂ 21% ਜਾਂ ਫਿਰ 33% ਵਾਲੀ ਜਿਹੜੀ ਤੁਹਾਡੀ ਜ਼ਿੰਕ ਹੈ ਉਹਦੀ ਵਰਤੋਂ ਤੁਸੀਂ ਪੁੱਲ ਕੇ ਵੀ ਝੋਨੇ ਦੇ ਵਿੱਚ ਨਹੀਂ ਕਰਨੀ ਪਹਿਲੀ ਦੂਸਰੀ ਯੂਰੀਆ ਦੇ ਨਾਲ ਜ਼ਿਕਰ ਕਰ ਦਿੰਦੇ ਹੋ ਤਾਂ ਤੁਹਾਡਾ ਝੋਨਾ ਉਥੇ ਹੀ ਅੜ ਜਾਊਗਾ ਲਗਭਗ 20 ਦਿਨ ਜਿਹੜਾ ਉਹਦਾ ਫੋੜ ਕਰਨ ਦਾ ਟਾਈਮ ਹੈ ਜਿਹੜਾ ਫਟਾਰੇ ਦਾ ਟਾਈਮ ਹੈ ਉਹ ਇਦਾਂ ਹੀ ਲੰਘ ਜਾਊਗਾ ਤੇ ਉਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਬੜੀਆਂ ਜਿਆਦੀਆਂ ਚੀਜ਼ਾਂ ਪਾਉਂਦੇ ਰਹਿਣਾ ਹੈ ਮੱਥੇ ਟੱਕਰਾ ਮਾਰਦੇ ਰਹਿਣਾ ਹੈ ਪਰ ਤੁਹਾਡਾ ਕੋਈ ਹੱਲ ਨਹੀਂ ਹੋਣਾ ਜੇਕਰ ਤੁਸੀਂ ਵਰਤੋਂ ਕੀਤੀ ਹੈ ਸਿੰਗਲ ਸੁਪਰ ਫਾਸਫੇਟ ਦੀ ਡੀਏਪੀ ਦੀ ਤਾਂ ਲਿਕਵਿਡ ਵਾਲੀ ਜ਼ਿੰਕ ਤੁਸੀਂ ਝੋਨੇ ਦੇ ਵਿੱਚ ਵਰਤ ਸਕਦੇ ਜੇ ਜਾਂ ਫਿਰ ਜੇਕਰ ਤੁਹਾਡਾ ਮਨ ਨਹੀਂ ਮੰਨਦਾ ਵੈਸੇ ਤਾਂ ਬਹੁਤ ਵਧੀਆ ਲਿਕਵਿਡ ਜ਼ਿੰਕਾਂ ਵੀ ਆਉਂਦੀਆਂ ਨੇ ਪਰ ਜੇਕਰ ਤੁਸੀਂ ਨਹੀਂ ਪਾਉਣੀ ਤਾਂ ਘੱਟੋ ਘੱਟ 20 ਦਿਨ ਦਾ ਵਕਤ ਬਾਅਦ ਜ਼ਰੂਰ ਦੋਹਾਂ ਖਾਦਾਂ ਦੇ ਵਿੱਚ ਹੋਣਾ ਚਾਹੀਦਾ ਹੈ ਸੁਪਰ ਤੋਂ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਜ਼ਿੰਕ ਹੈ ਜਾਂ ਡੀਏਪੀ ਤੋਂ ਬਾਅਦ ਦੇ ਵਿੱਚ ਘੱਟੋ ਘੱਟ 20 ਦਿਨ ਬਾਅਦ ਝੋਨੇ ਦੇ ਵਿੱਚ ਤੁਸੀਂ ਪਾਉਣੀ ਹੈ ਤਾਂ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਜਿਹੜਾ ਹੈ ਉਹ ਵੇਖਣ ਨੂੰ ਨਹੀਂ ਮਿਲੇਗਾ ਤੁਹਾਨੂੰ ਦੋਹਾਂ ਚੀਜ਼ਾਂ ਦੇ ਰਿਜ਼ਲਟ ਇਹਨੇ ਚੰਗੇ ਮਿਲ ਜਾਣਗੇ ਪਹਿਲੀ ਜਿਹੜੀ ਯੂਰੀਆ ਹੁੰਦੀ ਹੈ ਝੋਨੇ ਦੇ ਵਿੱਚ ਦੋਸਤੋ ਆਪਾਂ 7ਵੇਂ ਦਿਨ ਲਗਭਗ ਪਾ ਦੇਣੀ ਹੁੰਦੀ ਹੈ 7 ਦਿਨ ਤੋਂ ਜ਼ਿਆਦਾ ਗੈਪ ਆਪਾਂ ਝੋਨੇ ਦੇ ਵਿੱਚ ਨਹੀਂ ਦੇਣਾ ਹੁੰਦਾ ਇਸ ਪਹਿਲੀ ਯੂਰੀਆ ਦੇ ਨਾਲ ਜੇਕਰ ਤੁਹਾਡੇ ਝੋਨੇ ਦੇ ਵਿੱਚੋਂ ਪਾਣੀ ਨਹੀਂ ਸੁੱਕਦਾ ਪਾਣੀ ਜੀਰਦਾ ਨਹੀਂਗਾ ਜਾਂ ਫਿਰ ਸਲਫਰ ਦੀ ਘਾੜ ਤੁਹਾਡੀਆਂ ਜ਼ਮੀਨਾਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਜਾਂ ਫਿਰ ਕੱਦੂ ਜਿਹੜਾ ਤੁਹਾਡਾ ਕਰੜਾ ਹੋ ਗਿਆ ਹੈ ਤਾਂ ਤੁਸੀਂ 3 ਕਿਲੋ 90% ਵਾਲੀ ਜਿਹੜੀ ਸਲਫਰ ਹੈ ਉਹਦੀ ਵਰਤੋਂ ਯੂਰੀਆ ਦੇ ਵਿੱਚ ਅਰਲਾ ਕੇ ਪਹਿਲੀ ਯੂਰੀਆ ਦੇ ਨਾਲ ਕਰ ਦੇਣੀ ਹੈ ਜੇਕਰ ਸਲਫਰ ਦੀ ਘਾੜ ਨਹੀਂ ਗਈ ਜੇਕਰ ਕੱਦੂ ਕਰੜਾ ਨਹੀਂ ਗਿਆ ਜੇਕਰ ਪਾਣੀ ਜ਼ਮੀਨ ਪੀਂਦੀ ਹੈ ਤਾਂ ਸਲਫਰ ਝੋਨੇ ਦੇ ਵਿੱਚ ਬਿਲਕੁਲ ਵੀ ਤੁਸੀਂ ਨਹੀਂ ਪਾਉਣੀ ਕੱਲੀ ਯੂਰੀਆ ਪਾਉਣੀ ਹੈ ਪਹਿਲੀ ਜਿਹੜੀ ਯੂਰੀਆ ਹੈ ਜੇਕਰ ਤੁਸੀਂ ਸੁਪਰ ਜਾਂ ਫਿਰ ਡੀਏਪ ਪਾਈਏ ਤਾਂ ਵੀ ਪਹਿਲੀ ਯੂਰੀਆ ਜਿਹੜੀ ਇਹ ਝੋਨੇ ਦੇ ਵਿੱਚ ਕੱਲੀ ਹੀ ਪਾਉਣੀ ਹੈ ਹੋਰ ਕੁਝ ਵੀ ਉਹਦੇ ਵਿੱਚ ਮਿਕਸ ਨਹੀਂ ਕਰਨਾ ਕੱਲੀ ਸਲਫਰ ਤੋਂ ਇਲਾਵਾ ਸਲਫਰ ਤੁਸੀਂ ਕਰ ਸਕਦੇ ਹੋ ਲੋੜ ਪੈਣ ਤੇ ਹਾਂ ਜੇਕਰ ਤੁਸੀਂ ਸਿੰਗਲ ਸੁਪਰ ਜਾਂ ਫਿਰ ਡੀਏਪ ਦੀ ਵਰਤੋਂ ਕੱਦੂ ਕਰਨ ਸਮੇਂ ਜਾਂ ਉਹਦੇ ਤੋਂ ਬਾਅਦ ਦੇ ਵਿੱਚ ਨਹੀਂ ਕੀਤੀ ਤਾਂ ਪਹਿਲੀ ਹੀ ਯੂਰੀਆ ਦੇ ਨਾਲ ਸਲਫਰ ਦੇ ਨਾਲ ਹੀ ਤੁਸੀਂ ਜ਼ਿੰਕ ਦੀ ਵਰਤੋਂ ਵੀ ਕਰ ਸਕਦੇ ਹੋ 33% ਵਾਲੀ ਜਾਂ ਫਿਰ 21% ਵਾਲੀ ਜੇਕਰ ਤੁਸੀਂ ਪਾਉਣੀ ਹੈ ਇਹਨਾਂ ਚੀਜ਼ਾਂ ਤੋਂ ਇਲਾਵਾ ਜਿਹੜਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਜਬ੍ਰੈਲਿਕ ਐਸਿਡ ਜਾਂ ਹੋਰ ਚੀਜ਼ਾਂ ਝੋਨਾ ਦੇ ਰੰਗ ਕਾਲਾ ਕਰਨ ਦੇ ਵਾਸਤੇ ਲਿਆ ਕੇ ਪਾਈ ਜਾਂਦੇ ਹੋ ਉਹ ਚੀਜ਼ਾਂ ਪਾਉਣਾ ਬਹੁਤ ਵੱਡੀ ਮੂਰਖਦਾਈ ਹੈ ਜੇਕਰ ਉਹਨਾਂ ਦੀ ਵਰਤੋਂ ਝੋਨੇ ਦੇ ਵਿੱਚ ਪਹਿਲੀ ਹੀ ਯੂਰੀਆ ਦੇ ਨਾਲ ਕਰ ਦੋਗੇ ਜਾਂ ਫਿਰ ਦੂਸਰੀ ਯੂਰੀਆ ਦੇ ਨਾਲ ਕਰ ਦੋਗੇ ਤਾਂ ਤੁਹਾਡੇ ਝੋਨੇ ਦਾ ਰੰਗ ਇੱਕ ਵਾਰੀ ਬਿਲਕੁਲ ਕਾਲਾ ਕਰ ਦੇਣਗੇ ক্লোਰੋਫਿਲ ਦੀ ਮਾਤਰਾ ਨੂੰ ਵਧਾ ਕੇ ਉਹਦੇ ਨਾਲ ਨੁਕਸਾਨ ਇਹ ਹੋਵੇਗਾ ਕਿ ਜਿਹੜੀਆਂ ਝੋਨੇ ਨੇ ਘਾਟਾਂ ਸ਼ੋਅ ਕਰਨੀਆਂ ਸੀ ਵਿਖਾਉਣੀਆਂ ਸੀ ਉਹ ਘਾਟਾਂ ਤੁਹਾਨੂੰ ਵਿਖਾਏ ਗਈ ਨਹੀਂ ਲਗਭਗ 1 ਮਹੀਨੇ ਤੋਂ ਲੈ ਕੇ 40 ਦਿਨ ਤੇ ਤੁਹਾਡਾ ਉਹ ਸਮਾਂ ਜਿਹੜਾ ਫਟਾਰੇ ਦਾ ਝੋਨੇ ਦਾ ਲੰਘ ਜਾਊਗਾ ਤੁਹਾਡਾ ਝੋਨਾ ਬਿਲਕੁਲ ਕਾਲਾ ਹੋਊਗਾ ਪਰ ਉਹਦੇ ਵਿੱਚੋਂ ਘਾਟਾਂ ਹੋਣਗੀਆਂ ਚਾਹੇ ਜ਼ਿੰਕ ਦੀ ਹੋਵੇ ম্যাগਨੀਸ਼ੀਅਮ ਦੀ ਹੋਵੇ ਸਲਫਰ ਦੀ ਹੋਵੇ ਪੋਟਾਸ਼ ਦੀ ਹੋਵੇ ਉਹ ਚੀਜ਼ਾਂ ਝੋਨੇ ਨੂੰ ਰੜਕਣਗੀਆਂ ਜ਼ਰੂਰ ਪਰ ਤੁਹਾਨੂੰ ਨਹੀਂ ਵਿਖਾਏਗਾ ਉਹਦੇ ਅਨਜਾਮ ਆਪਾਂ ਨੂੰ ਇਹ ਭੁਗਤਣ ਨੂੰ ਮਿਲਣਗੇ ਕਿ ਤੁਸੀਂ ਝੋਨੇ ਦੇ ਵਿੱਚ ਐਂਡ 'ਚ ਜਾ ਕੇ ਇਹ ਦੇਣੀਆਂ ਖਾਦਾਂ ਨੇ ਕਵਾਂਟਲਾਂ ਦੀ ਗਿਣਤੀ ਦੇ ਵਿੱਚ ਵੀ ਕਿਉਂ ਨਾ ਪਾ ਦਿਓ ਪਰ ਤੁਹਾਡੇ ਝੋਨੇ ਦਾ ਝਾੜ ਜਿਹੜਾ ਕੱਟ ਹੀ ਵੇਖਣ ਨੂੰ ਮਿਲੇਗਾ ਇਹਦੇ ਤੋਂ ਇਲਾਵਾ ਪੋਟਾਸ਼ੀਅਰ ਤੋਂ ਪਹਿਲੀ ਯੂਰੀਆ ਦੇ ਨਾਲ ਦੂਸਰੀ ਦੇ ਨਾਲ ਜੇਕਰ ਤੁਸੀਂ ਡੀਪੀ ਪਾਈਏ ਸੁਪਰ ਪਾਈਏ ਤਾਂ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਜੇਕਰ ਜ਼ਿੰਕ ਪਾਈਏ ਤਾਂ ਵੀ ਕਰ ਸਕਦੇ ਹੋ ਸਲਫਰ ਦੀ ਵਰਤੋਂ ਕੀਤੀ ਹੈ ਤਾਂ ਵੀ ਤੁਸੀਂ ਜਿਹੜੀ 60% ਵਾਲੀ ਐਮਓਪੀਏ ਉਹਦੀ ਵਰਤੋਂ ਝੋਨੇ ਦੇ ਵਿੱਚ ਕਰ ਸਕਦੇ ਹੋ ਲਗਭਗ ਕੱਦੂ ਕਰੜਾ ਹੋਣ ਤੋਂ ਪਹਿਲਾਂ ਪਹਿਲਾਂ ਪਾ ਦਿਓਗੇ ਤੇ ਜਿਆਦਾ ਵਧੀਆ ਰਿਜ਼ਲਟ ਮਿਲਣਗੇ ਜਾਂ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਝੋਨੇ ਦੀ ਟਿਲਰਿੰਗ ਸਟੇਜ ਜਦੋਂ ਖਲੋ ਜਾਊਗੀ ਬੰਦ ਹੋ ਜਾਊਗੀ ਤਦੋਂ ਬਾਅਦ ਦੇ ਵਿੱਚ ਵਰਤੋਂ ਕਰਾਂਗੇ ਫਿਰ ਜਾ ਕੇ ਆਪਾਂ ਨੂੰ ਚੰਗੇ ਰਿਜ਼ਲਟ ਜਿਹੜੇ ਵੇਖਣ ਨੂੰ ਮਿਲਣਗੇ ਕੁਝ ਗੈ ਪਾਪਾ ਨੂੰ ਵਿੱਚ ਜਿਹੜਾ ਜ਼ਰੂਰ ਦੇਣਾ ਪਊਗਾ ਜਾਂ ਤੇ ਪਹਿਲੇ 15 ਵਾੜੇ ਦੇ ਵਿੱਚ ਬਾਦਿਓ ਜਾਂ ਫਿਰ ਆਪਾਂ ਟਿਲ ਰਿੰਗ ਬੰਦ ਹੋਣ ਤੋਂ ਬਾਅਦ ਦੇ ਵਿੱਚ ਯਾਨਕੀ 40 50 ਦਿਨ ਤੇ ਜਾ ਕੇ ਝੋਨੇ ਦੇ ਵਿੱਚ 60 ਦਿਨ ਤੇ ਜਾ ਕੇ ਵੀ ਐਮਓਪੀ ਦੀ ਵਰਤੋਂ ਜਿਹੜੀ ਇਹੋ ਕਰ ਸਕਦੇ ਆ ਸੋ ਇਹ ਕੁਝ ਮਹੱਤਵਪੂਰਨ ਗੱਲਾਂ ਨੇ ਜਿਹੜੀਆਂ ਇੱਕ ਆਮ ਜ਼ਿਮੀਦਾਰ ਨੂੰ ਜ਼ਰੂਰ ਇਹਨਾਂ ਦਿਨਾਂ ਦੇ ਵਿੱਚ ਪਤਾ ਹੋਣੀ ਚਾਹੀਦੀਆਂ ਨੇ ਜਿੰਨਾ ਗੱਲਾਂ ਦੇ ਕਾਰਨ ਜੋ ਨਿਆਂ ਦੇ ਝਾੜ ਘਟਦੇ ਨੇ ਦੁਕਾਨਦਾਰਾਂ ਦੇ ਬਿੱਲ ਵੱਡੇ ਬਣਦੇ ਨੇ ਉਹ ਇਹੋ ਹੀ ਚੀਜ਼ਾਂ ਨੇ ਜਿਨ੍ਹਾਂ ਗਲਤੀਆਂ ਤੋਂ ਤੁਸੀਂ ਬਚਣਾ ਹੈ ਸੋ ਵੀਡੀਓ ਨੂੰ ਵੇਖਣ ਤੋਂ ਬਾਅਦ ਵਿੱਚ ਹੋਰ ਜ਼ਿੰਮੇਦਾਰਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਹੈ ਅੱਗੇ ਤੋਂ ਅੱਗੇ ਤਾਂ ਜੋ ਉਹਨਾਂ ਕਿਸਾਨਾਂ ਦਾ ਵੀ ਫਾਇਦਾ ਹੋ ਸਕੇ ਵੇਖਣ ਲਈ ਤੇ ਸ਼ੇਅਰ ਕਰਨ ਦੇ ਲਈ ਪੈਣਾ ਭਰਾਵਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ